ਭਾਈ ਮੇਰਾ ਚਾਹੁੰਦੇ ਨਵੀ ਅੱਲਾ ਆਪਕੋ ਬਰਕਤ ਦੇ ਇਸ ਤੋਂ ਸਿਰਵਾਜ਼ੇ ਮੈਂ ਆਪਕੋ ਜੋ ਬਾਤ ਸਮਝਾ ਰਹਾ ਥਾ ਕਿ ਹਮੇ ਚਾਹੀਏ ਕਿ ਸਦਕਾ ਕਰੇ ਸਾਡੇ ਪਾਕਿਸਤਾਨ 'ਚ ਜਦੋਂ ਲੱਤ ਟੁੱਟਦੀ ਉਦੋਂ ਦੇਖ ਲਉਂਦੇ ਜੀ, ਜਦੋਂ ਗੱਡੀ ਵੱਜਦੀ ਉਦੋਂ ਦੇਖ ਲਉਂਦੇ ਵੀ ਇਹ ਤੁਸੀਂ ਗੱਡੀ ਵੱਜਣ ਦੀ ਖੁਸ਼ੀ 'ਚ ਲਾਈ ਸਦਕਾ ਰੱਬੁਲ ਗੁਨਾਹ ਇਸਕਾ ਮਾਨਾ ਕਿਆ ਕਵੀ ਗੌਰ ਕੀ ਹੈ ਵੀ ਆਇੰਦਾ ਕੇ ਲਈ ਆਪ ਪਹਿਲੇ ਸਦਕਾ ਕਰੇ ਮਤਲਬ ਪਹਿਲੇ ਆਪ ਕਾਇਨਾਤ ਮੇ ਰਮਜ਼ਾਨ ਆਏ ਰੋਜ਼ੇ ਖੁਲਾਏ ਆਮ ਦਿਨੋਂ ਮੇ ਮਹੀਨੇ ਬਾਅਦ ਅੱਲਾ ਕੇ ਨਾਮ ਕੇ ਦੇਖਦੇ ਅੱਲਾ ਕਭੀ ਮੁਸ਼ਕਲ ਆਣੇ ਨਹੀਂ ਦੇਖਦੇ ਮਗਰ ਹਮਾਰੇ ਹਾਂ ਰਿਵਾਜ ਇਹ ਚਲਾ ਹੁਆ ਹੈ ਕਿ ਜਬ ਤੱਕ ਨੁਕਸਾਨ ਨਾ ਹੋ ਤਬ ਤੱਕ ਹਮਨੇ ਕਚਰੀ ਕਰੀ ਤੋ ਯਹਾਂ ਮੈਂ ਆਪਕੋ ਸਮਝਾਣੇ ਕੇ ਲੀਏ ਖੜਾ ਹੂੰ ਕਿ ਇਹ ਹੋਟਲ ਫਿਰ ਹਰ ਕਿਸਮ ਦੇ ਬੰਦੇ ਆਉਂਦੇ ਰਾਣਾ ਸਾਹਿਬ ਮੇਰਾ ਜੰਮ ਤਵੱਜੋ ਹਾਂਜੀ ਇਸ ਗੱਲ 'ਤੇ ਗੌਰ ਰੱਖਣੀ ਇਸ ਹੋਟਲ 'ਤੇ ਹਰ ਰੰਗ ਦਾ ਹਰ ਅਸਲ ਦਾ ਬੰਦਾ ਆਉਣਾ ਹੈ ਹਜ਼ਰਤ ਅਲੀ ਸ਼ਰੀਫ ਖੁਦਾ ਰਜ਼ੀ ਅੱਲਾਹੁ ਤਾਲਾ ਅਨਹੁ ਬੈਠੇ ਉਹਨਾਂ ਦੇ ਕਾਦਰ ਨੇ ਉਹਨਾਂ ਦੇ ਅਲਾ ਮੌਤਾਂ ਵੀ ਸ਼ੇਰੇ ਖੁਦਾ 'ਤੇ ਹਮਲਾ ਕੀਤਾ ਹੈ ਮਗਰ ਜਿਹੜੇ ਵਾਲੇ ਜ਼ਖਮੀ ਹੋਏ ਨੇ ਸ਼ੇਰੇ ਖੁਦਾ ਬੰਦਾ ਜਿੰਨਾ ਬੜਾ ਹੋਵੇ ਉਹਦਾ ਸਿਰਫ ਉਤਨਾ ਹੀ ਬੜਾ ਹੁੰਦਾ ਹੈ ਬੰਦਾ ਵੱਡਾ ਜਿੰਨਾ ਵੀ ਹੋਵੇ ਉਹਨਾਂ ਉਹਦਾ ਵੱਡਾ ਜ਼ਰਫ ਹੁੰਦਾ ਹੈ ਭੁੱਖੇ ਰੱਜ ਵੀ ਪੈਣ ਤੇ ਭੁੱਖੇ ਰਹਿੰਦੇ ਉਹਦੀ ਕਾਤ ਬਦਲ ਨਹੀਂ ਰਹਿੰਦੀ ਮਗਰ ਜਿਹੜੇ ਅੱਲਾਹ ਵਾਲੇ ਆਉਂਦੇ ਨੇ ਉਹਨਾਂ ਦੇ ਜ਼ਰਫ ਵੀ ਵੱਡੇ ਅਲੀ ਸ਼ੇਰੇ ਖੁਦਾ ਅਸਦੁੱਲਾ ਹੈ ਮਗਰ ਕਿਆ ਸ਼ਾਨ ਪਾਇਆ ਹੈ ਸਾਨੂੰ ਥੋੜ੍ਹੀ ਜਿਹੀ ਸ਼ਾਨ ਮਿਲ ਜੇ ਤੇ ਅਸੀਂ ਕਾਤੋਂ ਬਾਹਰ ਆਉਂਦੇ ਹਾਂ ਜਿਹੜੇ ਵੇਲੇ ਹਮਲਾ ਆਇਆ ਹੈ ਆਪਣੇ ਬੱਚਿਆਂ ਨੂੰ ਪੁੱਛਿਆ ਮੇਰੇ ਬੇਟਾ ਸੁਨੈਣ ਜੀ ਬਾਬਾ ਹੁਕਮ ਹੋਏ ਮੇਰੇ ਬੱਚੋਂ ਵੋ ਕਾਤਲ ਕਹਾਂ ਹੈ ਬਾਬਾ ਗ੍ਰਿਫਤਾਰ ਹੈ ਨਸ਼ਟ ਕਰ ਲਈਆ ਉਸਕੋ ਗ੍ਰਿਫਤਾਰ ਕਰ ਲਈਆ ਇਹ ਨਹੀਂ ਕਹਾ ਬਿਲਕੁਲ ਠੀਕ ਹੈ ਕਹਾ ਆਜ ਗਰਮੀ ਬੜੀ ਹੈ ਇਤਨੀ ਗਰਮੀ ਹੈ ਜਾਓ ਮੇਰੇ ਬੱਚੋ ਉਸਕੋ ਮੀਠਾ ਪਾਣੀ ਪਿਲਾਓ ਉਸਕੋ ਮੀਠਾ ਪਾਣੀ ਪਿਲਾਓ ਉਸਕੋ ਮੀਠਾ ਪਾਣੀ ਪਿਲਾਓ ਔਰ ਮੀਠਾ ਪਾਣੀ ਪਿਲਾਓ ਔਰ ਮੀਠਾ ਪਾਣੀ ਪਿਲਾਣੇ ਕੇ ਬਾਅਦ ਜਬ ਕਿਤਨੀ ਬਾਤ ਕਹਿਣੇ ਕੀ ਦੇਰ ਤੇ ਮੌਲਾ ਦੀ ਬਾਤ ਸਾਹਮਣੇ ਖੜੇ ਨੇ ਤੇ ਕੀ ਕਹਿੰਦੇ ਨੇ ਮੇਰੇ ਬੇਟਾ ਕਿਉਂ ਚੁੱਪ ਹੋ ਗਏ ਕਹਿੰਦੇ ਬਾਬਾ ਦੁਨੀਆਂ 'ਚ ਕੋਈ ਐਸਾ ਇਨਸਾਨ ਜਿਹੜਾ ਆਪਣੇ ਬਾਬਾ ਦੇ ਕਾਤਲ ਨੂੰ ਮਿੱਠਾ ਪਾਣੀ ਪਿਲਾਏ ਪਰ ਮੈਂ ਬੇਟਾ ਉਹਨੇ ਆਪਣਾ ਜ਼ਰਬ ਪੇਸ਼ ਕੀਤਾ ਹੈ ਤੁਸੀਂ ਆਪਣੇ ਨਾਨਾ ਰਸੂਲ ਦਾ ਜ਼ਰਬ ਪੇਸ਼ ਕਰ ਦਿਓ ਅੱਜ ਕਿਤਨੇ ਮੁਸਲਮਾਨ ਅਲੀ ਅਲੀ ਸਾਰਾ ਜਗ ਕਰਦਾ ਆਪਣੇ ਆਪਣੇ ਰੰਗ ਵਿੱਚ ਕਰਦਾ ਪਰ ਜੋ ਅਲੀ ਕਰਦਾ ਕੋਈ ਕੋਈ ਕਰਦਾ ਹਮੇਂ ਅਲੀ ਵਾਲਾ ਉਸ ਦਿਨ ਲੋਕ ਕਹੇਗੇ ਜਬ ਹਮ ਬਰਦਾਸ਼ ਹਜ਼ਰਤ ਅਲੀ ਜੈਸੀ ਲੱਗ ਗਿਆ ਆਪ ਪ੍ਰਦੇਸ਼ ਮੇਂ ਰਹਤੇ ਹੈ ਬਰਦਾਸ਼ ਕੀਆ ਕਰੇ ਮੀਆਂ ਮਾਮਾ ਕੋਈ ਫਰਮਾਉਂਦੇ ਨੇ ਨਬੀ ਲੱਖਾਂ ਬੇਰ ਬੇਰੇ ਨੂੰ ਲੱਗਦੇ ਤੇ ਚੜ ਜਾਂਦੇ ਜਿਹੜੇ ਪੱਕਣ ਲਾਲ ਮੁਹੰਮਦ ਤੇ ਉਹੀ ਖਾਂਦੇ ਵੱਡੇ ਫੇਰ ਜਿਹੜਾ ਲੱਗਦਾ ਹੈ ਜਿਹੜਾ ਲਾਲ ਹੁੰਦਾ ਉਹ ਹੀ ਵੱਡੇ ਖਾਂਦੇ ਤੇ ਕਹਿੰਦੇ ਨੇ ਮਿੱਠਾ ਮੇਵਾ ਬੇਰੀ ਦੇਵੇ ਤੇ ਮੁੜ ਵੀ ਵੱਡੇ ਖਾਵੇ ਵੇਖ ਬੇਰੀ ਦਾ ਸਬਰ ਮੁਹੰਮਦ ਤੇ ਮੁੜ ਵੀ ਖਾ ਲੇ ਦਈ ਜਾਵੇ ਕਦੀ ਬੇਰੀ ਨੇ ਅਗਲੇ ਸਾਲ ਕਿਹਾ ਵੇ ਕਿ ਮੈਂ ਬੇਰ ਨਹੀਂ ਲੱਗਣੀ ਮੈਨੂੰ ਵੱਡੇ ਪੈਂਦੇ ਆਪ ਤੁਹਾਡੇ ਵਾਸਤੇ ਸ਼ੇਰ ਪੜਿਆ ਹੈ ਤੁਹਾਡੇ ਇੱਕ ਭਰਾ ਨੇ ਅਗਰ ਤੁਹਾਡਾ ਜ਼ਿਆਦਤੀ ਵੀ ਕੀਤੀ ਹੋਈ ਨਾ ਪਾਕਿਸਤਾਨ 'ਚ ਤੇ ਉਹਦੇ ਬੱਚਿਆਂ ਨੂੰ ਖਰਚਾ ਬੰਦ ਨਹੀਂ ਕਰਨਾ
ਮਿੱਠਾ ਮੇਵਾ ਤੇਰੀ ਦੇਵੇ, ਮਿੱਠਾ ਮੇਵਾ ਤੇਰੀ ਦੇਵੇ ਤੇ ਮੁੜ ਵੀ ਵੱਟੇ ਖਾਵੇ ਤੇ ਵੇਖ ਤੇਰੀ ਦਾ ਸਬਰ ਮੁਹੰਮਦ ਮੁੜ ਵੀ ਫਲ ਦੇ ਜਾ।